ਤੇ ਨੰਦਰ ਦੇ ਸ਼ਹਿਰ ਵਾਸੀਆਂ ਨੂੰ ਤੇ ਖਾਸ ਕਰਕੇ ਉਹ ਲੋਕ ਜੋ ਹਿਮਾਚਲ ਤੋਂ ਪੰਜਾਬ ਤੱਕ ਆਉਣ ਲਈ ਨੰਦਰ ਦਾ ਰਸਤਾ ਯੂਜ਼ ਕਰਦੇ ਉਹਨਾਂ ਲਈ ਵੱਡੀ ਰਾਹਤ ਦੀ ਖਬਰ ਜਿਹੜਾ ਫਲਾਈਓਵਰ ਜਿਹੜਾ 2018 ਦੇ ਵਿੱਚ ਸ਼ੁਰੂ ਹੋਇਆ ਸੀ 2020 ਦੇ ਵਿੱਚ ਮੁਕੰਮਲ ਹੋਣਾ ਸੀ ਪਰ ਉਸ ਤੋਂ ਬਾਵਜੂਦ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਪਿਛਲੇ ਤਕਰੀਬਨ ਇੱਕ ਸਾਲ ਤੋਂ ਜਿੰਨੀਆਂ ਪੈਂਡਿੰਗਾਂ ਪਰਮਿਸ਼ਨਾਂ ਸੀਗੀਆਂ ਸਾਰੇ ਜਿੰਨੀਆਂ ਅੜਚਣਾਂ ਸੀਗੀਆਂ ਚਾਹੇ ਉਹ ਪੁਸ਼ਕ ਆਸ਼ਰਮ ਦੀਆਂ ਹੋਣ ਚਾਹੇ ਰੇਲਵੇ ਤੋਂ ਹੋਣ ਉਹ ਸਾਰਾ ਮੁਕੰਮਲ ਕਰਕੇ ਅੱਜ 31 ਤਰੀਕ ਨੂੰ ਤਕਰੀਬਨ ਰਾਤ ਦੇ ਸਮਾਂ ਜਿਹੜਾ ਹੈ 10 ਵਜੇ ਹੈ ਅਤੇ ਜਿਹੜੀ ਆਖਰੀ ਤੀਜੀ ਸਲੈਬ ਹੈ ਇਸਦਾ ਕੰਮ ਪੂਰਾ ਜ਼ੋਰਾਂ ਨਾਲ ਪੈਂਤੀ ਪੈਂਤੀ ਸਲੈਬ ਲੈ ਚੁੱਕੀ ਹੈ ਅਤੇ ਅੱਜ ਰਾਤ ਵੀ ਇਸਦਾ ਕੰਮ ਮੁਕੰਮਲ ਕਰ ਲਿਆ ਜਾਵੇ ਇਸ ਦੇ ਨਾਲ ਹੀ ਇਹ ਫਲਾਈਓਵਰ ਕੰਪਲੀਟ ਹੈ ਦੋਨੋਂ ਪਾਸੇ ਦੀ ਜਿਹੜੀਆਂ ਬਰੋਜ ਸੜਕਾਂ ਨੇ ਉਹ ਅਗਲੇ ਕੁਝ ਦਿਨਾਂ 'ਚ ਤਿਆਰ ਹੋ ਜਾਣਗੀਆਂ ਤਾਂ ਮੈਂ ਇਹੀ ਤੁਹਾਨੂੰ ਸਾਰੇ ਸ਼ਹਿਰ ਵਾਸੀਆਂ ਤੋਂ ਸਭ ਤੋਂ ਪਹਿਲਾਂ ਮਾਫ਼ੀ ਮੰਗਦਾ ਕਿ ਤੁਹਾਨੂੰ ਬਹੁਤ ਸੰਤਾਪ ਇੱਕ ਵੱਡਾ ਸੰਤਾਪ ਭੋਗਣਾ ਪਿਆ ਮੈਂ ਕਿਸੇ 'ਤੇ ਕੁਛ ਨਹੀਂ ਲਾਊਂਗਾ ਪਰ ਫਿਰ ਵੀ ਜਿਨ੍ਹਾਂ ਦਾ ਫਰਜ਼ ਸੀ ਉਹਨੇ ਆਪਣੇ ਫਰਜ਼ 5 ਸਾਲ ਦੇ ਵਿੱਚ 2018 ਤੋਂ ਲੈ ਕੇ 22 ਤੱਕ ਨਹੀਂ ਨਿਭਾਏ ਸਾਡੇ ਵੱਲੋਂ ਪਹਿਲਾਂ ਹਰ ਮਹੀਨੇ ਉਸ ਤੋਂ ਬਾਅਦ ਮੈਨੂੰ ਹਰ ਹਫ਼ਤੇ ਮੋਨੀਟਰ ਕਰਕੇ ਅੱਜ ਜਿੱਥੇ ਮੇਰੀ ਡਿਊਟੀ ਹੈ ਮੈਂ ਆਪਣੇ ਲੋਕਾਂ ਦੀ ਇਸਨੂੰ ਲੋਕਰਪਣ ਬਹੁਤ ਜਲਦੀ ਕਰ ਦਾਂਗੇ ਸਵੇਰ ਤੋਂ ਜੇ ਤੁਸੀਂ ਪੈਦਲ ਘੁੰਮ ਸਕਦੇ ਹੋ ਜੇ ਕਿਸੇ ਨੂੰ ਸ਼ੱਕ ਹੈ ਖਾਸ ਕਰਕੇ ਜਿਹੜੇ ਕਹਿੰਦੇ ਸੀ ਉਹ ਸਵੇਰੇ ਇੱਥੇ ਆ ਕੇ ਦੇਖ ਸਕਦੇ ਨੇ ਹਾਲਾਂਕਿ ਜੁਲਾਈ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਜਿਸ ਕਾਰਨ ਇਹ ਜਿਹੜਾ ਨਹੀਂ ਅੱਜ ਹੀ ਅਸੀਂ ਸ਼ੁਰੂ ਕਰ ਦਿੰਦੇ 15-20 ਦਿਨ ਕੰਮ ਲੇਟ ਹੋਇਆ ਉਸਦੇ ਬਾਵਜੂਦ ਵੀ 31 ਦੀ ਦੇਰ ਰਾਤ ਮੈਨੂੰ ਪਿਛਲੇ ਮੈਂ 4-5 ਘੰਟਿਆਂ ਦੀ ਉੱਠੀ ਹਾਂ ਅਤੇ ਹੋਰ ਅੱਜ ਸਮਾਂ ਕਰ ਕੇ ਜਾਊਂਗੇ ਚਾਹਾਂਗੇ ਇਹ ਵੱਡੀ ਰਾਹਤ ਹੈ ਅਗਲੇ 15-20 ਦਿਨਾਂ ਦੇ ਵਿੱਚ ਇਸਨੂੰ ਲੋਕਰਪਣ ਕਰ ਦਾਂਗੇ ਇੱਕ ਵਾਰੀ ਦੁਬਾਰਾ ਆਪਦੇ ਸਭ ਤੋਂ ਮਾਫ਼ੀ ਮੰਗਦਾ ਕਿ ਸਾਨੂੰ ਇੰਨੇ ਸਾਲ ਇਸ ਫਲਾਈਓਵਰ ਦੀ ਇੰਤਜ਼ਾਰ ਕਰਨਾ ਪਿਆ ਇੱਕ ਸਾਈਡ ਚੱਲ ਕਿਉਂਕਿ ਦੂਜੀ ਸਾਈਡ ਦੇ ਉੱਤੇ ਵੀ ਜਿਹੜੀ ਆਖਰੀ ਜਿਹੜਾ ਉਹ ਹਜੇ ਵੀ ਪੁੱਛਣਗੇ ਜਿਹੜੇ 2% ਵਾਲੇ ਨੂੰ ਹਜੇ ਵੀ ਕਹਿੰਦੇ ਆ ਇਹਦੀ ਵੀ ਜਿਹੜੀ ਇੱਥੇ ਯਾਰਡ ਹੈ ਉਸਨੂੰ ਸ਼ਿਫਟ ਕਰਾਉਣ ਦਾ ਸਾਰਾ ਸ਼ਿਫਟ ਹੋ ਗਿਆ ਆਖਰੀ ਖੰਭਾ ਰਹਿ ਗਿਆ ਉਹ ਵੀ ਕੱਲ੍ਹ ਪਰਸੋਂ ਸ਼ਿਫਟ ਹੋ ਜੂਗਾ ਤਾਂ ਦੂਜਾ ਪਾਸਾ ਵੀ ਮਹੀਨੇ 1.5 ਮਹੀਨੇ ਤਿਆਰ ਹੋ ਕੇ ਇਹ ਕੰਪਲੀਟ ਫਲਾਈਓਵਰ ਤਿਆਰ ਹੋ ਜੂਗਾ ਇਸ ਦੇ ਨਾਲ ਮਿੱਡਲ ਨੂੰ ਅਤੇ ਆਲੇ ਦੁਆਲੇ ਦੀ ਸੜਕਾਂ ਨੂੰ ਜਿਹੜੀ ਖਾਸ ਕਰਕੇ ਮੋਜੋਆ ਤੋਂ ਲੈ ਕੇ ਕਰਮਾ ਤੱਕ ਸੜਕ ਹੈ ਉਸਨੂੰ ਵੀ ਕਾਫ਼ੀ ਰਾਹਤ ਮਿਲੇਗੀ ਤਾਂ ਇਹ ਮੌਕੇ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਕੰਮ ਚੱਲ ਰਿਹਾ ਕੰਪਨੀ ਦੇ ਉੱਤੇ ਹਰ ਹਾਲਤ ਪ੍ਰੈਸ਼ਰ ਸੀ 31 ਸਾਲ ਬਸ ਇੰਨਾ ਕੁ ਅਫਸੋਸ ਹੈ ਕਿ ਅਗਰ ਇਸਦਾ 10% ਪ੍ਰੈਸ਼ਰ ਵੀ ਸਮੇਂ ਸਮੇਂ 'ਤੇ ਪਾਇਆ ਜਾਂਦਾ ਤਾਂ 2020 'ਚ ਇਹ ਫਲਾਈਓਵਰ ਤਿਆਰ ਹੋਵੇ ਤੁਸੀਂ ਬਹੁਤ ਬਹੁਤ ਧੰਨਵਾਦ